ਅੱਜ ਮੈਂ ਗੀ ਕੋਰੀਆ ਦੇ ਇੱਕ ATM ਤੇ ਹਲੋ ਜੀ ਸਤਿ ਸ਼੍ਰੀ ਅਕਾਲ ਇੱਥੇ ਬਹੁਤ ਤੇਜ਼ ਹਵਾ ਚੱਲਦੀ ਪੀਜੇ ਤੇ ਕਰਕੇ ਬਹੁਤ ਠੰਡਣ ਲੱਗਦੀ ਪਈ ਹੈਗੀ ਤੇ ਮੈਂ ਅੱਜ ਆਈ ਸੀਗੀ ਕੋਰੀਆ ਦੇ ਇੱਕ ATM 'ਤੇ ਪੈਸੇ ਡਿਪੋਜ਼ਿਟ ਕਰਵਾਉਣ ਤੇ ਸਭ ਤੋਂ ਪਹਿਲਾਂ ਖੋਲੇਆ ਗੇਟ ਦੇ ਨੇੜੇ ਗਏ ਆਪਾਂ ATM ਦੇ ਸਭ ਤੋਂ ਪਹਿਲਾਂ ਪਾਇਆ ਆਪਾਂ ਕਾਰਡ ਜਿਹੜੀ ਇਹਦੀ ਫਾਰਮੈਲਿਟੀ ਸੀਗੀ ਉਹ ਆਪਾਂ ਪੂਰੀਆਂ ਕੀਤੀਆਂ ਤੇ ਫਿਰ ਅਸੀਂ ਕੀਤਾ ਫੋਰਨ ਲੈਂਗੁਏਜ ਸਿਲੈਕਟ ਫੋਰਨ ਲੈਂਗੁਏਜ ਆਪਣੀ ਹਿੰਦੀ ਲੈਂਗੁਏਜ ਦਾ ਵੀ ਇੱਕ ਆਪਸ਼ਨ ਆਂਦਾ ਹੈ ਬਟ ਮੈਂ ਸਿਲੈਕਟ ਕੀਤੀ ਇੰਗਲਿਸ਼ ਲੈਂਗੁਏਜ ਤੇ ਉਸ ਤੋਂ ਬਾਅਦ ਪੈਸੇ ਸਿੱਧੇ ਕੀਤੇ ਤੇ ਥੋੜਾ ਸ਼ੋ ਆਫ ਕੀਤਾ ਤੇ ਪਾਤੇ ਅਸੀਂ ਏਟੀਐਮ ਮਸ਼ੀਨ ਦੇ ਅੰਦਰ ਤੇ ਇਹਨੂੰ ਕੱਟਤਾ ਸਿਲੈਕਟ ਤੇ ਉਹਦਾ ਮੂੰਹ ਹੋ ਗਿਆ ਬੰਦ ਤੇ ਕੀਤੀ ਥੋੜੀ ਵੇਟ ਕਿਉਂਕਿ ਪ੍ਰੋਸੈਸ ਚੱਲਦਾ ਪਿਆ ਹੈਗਾ ਇੱਥੇ ਮੇਰੇ ਨਾਲ ਇੱਕ ਪਾਣਾ ਵਾਪਰਿਆ ਕਿਉਂਕਿ ਮੇਰਾ ਇੱਕ ਨੋਟ ਰਿਟਰਨ ਹੋ ਗਿਆ ਸੀਗਾ ਕਿਉਂਕਿ ਇਸ ਲਈ ਹੋਇਆ ਹੀ ਕਿਉਂਕਿ ਉਹ ਮੇਰੇ ਕੋ ਡੇਡਾ ਬੈ ਗਿਆ ਸੀ ਇਸ ਕਰਕੇ ਮੈਨੂੰ ਦੁਬਾਰਾ ਪਾਣਾ ਪਿਆ ਜੋੜਾ ਵੀ ਪ੍ਰੋਸੈਸ ਸੀਗਾ ਇਹਦਾ ਦੁਬਾਰਾ ਕਰਨਾ ਪਿਆ ਤੈਨੂੰ ਉਸ ਤੋਂ ਬਾਅਦ ਮੇਰੇ ਪੈਸੇ ਪੈ ਗਏ ਫਿਰ ਮੈਂ ਰਿਸੀਵ ਕੀਤਾ ਆਪਣਾ ਕਾਰਡ ਤੇ ਫਿਰ ਮੈਂ ਗਈ ਆਪਦੇ ਅੱਜ ਮੈਂ ਗੀ ਕੋਰੀਆ ਦੇ ਇੱਕ ਏਟੀਐਮ ਤੇ ਹਲੋ ਜੀ ਸਤਿ ਸ਼੍ਰੀ ਅਕਾਲ ਇੱਥੇ ਬਹੁਤ ਤੇਜ਼ ਹਵਾ ਚੱਲਦੀ ਪੀਜੇ ਦੇ ਕਰਕੇ ਬਹੁਤ ਠੰਡ ਲੱਗਦੀ ਪਈ ਹੋਗੀ ਤੇ ਮੈਂ ਅੱਜ ਆਈ ਸੀਗੀ ਕੋ